ਬੀਜਪੀ ਨੇ ਬਿਲਕੁਲ ਸਿੱਖ ਕੈਰੈਕਟਰ ਜਿਹੜਾ ਉਹ ਬਹੁ ਰੂਪੀ ਸਾਰੇ ਖੜੇ ਕਰ ਦਿੱਤੇ ਨੇ ਔਰ ਉਸ ਸਟੇਜ ਦੇ ਉੱਤੇ ਪੰਜ ਹਲਕਿਆਂ ਦੇ ਪਟਿਆੜੇ ਇਹਦਾ ਪਹਿਲਾ ਐਡਰੈਸ ਸੀ ਔਰ ਬਿਸ਼ੱਕ ਕਿਸਾਨਾਂ ਨੇ ਥਾਉ ਥਾਈਂ ਸੜਕਾਂ ਰੁਕੀਆਂ ਪਰ ਉਹਨਾਂ ਨੇ ਪੁਲਿਸ ਨੇ ਸਖਤੀ ਨਾਲ ਕਿਸੇ ਨੂੰ ਨੇੜੇ ਨਹੀਂ ਜਾਣ ਦਿੱਤਾ ਉਹਨੇ ਆਪਣੇ ਐਡਰੈਸ ਦੇ ਵਿੱਚ ਇੱਕ ਵੀ ਜੁਮਲਾ ਕਿਸਾਨਾਂ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਨਹੀਂ ਉਹਨਾਂ ਬਾਰੇ ਨਹੀਂ ਆ ਉਹਨੇ ਕਿਹਾ ਜੇ ਅਸੀਂ ਬਹੁਤ ਕੀਤਾ ਸਾਡੀ ਸਰਕਾਰ ਨੇ ਦੇਖੋ ਅਸੀਂ ਇੰਨੀ ਕਣਕ ਪ੍ਰੋਕਿਊਰ ਕੀਤੀ ਹੋਰ ਤੁਹਾਡੀ ਫੂਡ ਸਿਕਿਉਰਟੀ ਪੰਜਾਬ ਹੈ ਉਹ ਤੁਸੀਂ ਆਸਾਨ ਕਰ ਰਹੇ ਹੋ ਜੋ ਪ੍ਰੋਕਿਊਰ ਕੀਤੀ ਪੰਜਾਬ ਤੁਸੀਂ ਆ ਮੁਫਤ ਅਨਾਜ ਯੋਜਨਾ ਦੇ ਨਾਮ ਥੱਲੇ ਜਿਹੜੀਆਂ ਵੋਟਾਂ ਵਟੋਰ ਰਹੇ ਹੋ ਕਿਹੜੀ ਸਟੇਟ ਹੈ ਜਿਹੜੀ ਤੁਹਾਡੇ ਅਨਾਜ ਭੰਡਾਰ ਚ ਅਨਾਜ ਦਿੰਦੀ ਹੈ 1971 ਦੀ ਜੰਗ ਦੇ ਵਿੱਚ ਇਨੇ ਹਜ਼ਾਰ ਪਾਕਿਸਤਾਨੀ ਸੋਲਜਰ ਸੀ ਤੇ ਜੇ 80 ਕਰਦੇ ਤੇ ਕਰਤਾਰਪੁਰ ਉਹਨਾਂ ਤੋਂ ਲੈ ਲੈਣਾ ਸੀ ਹਮ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਹਮ ਕਿ ਤੁਹਾਡੇ ਰਾਜ ਦੇ ਵੇੜੇ ਜਿਹੜੇ ਇਤਿਹਾਸਿਕ ਗੁਰਦੁਆਰੇ ਤੁਸੀਂ ਸਾਡੇ ਕਬਜ਼ੇ ਕਰ ਲੈਣੇ ਧਾਨ ਗੋਦੜੀ ਹਰਦਵਾਰ ਦੇ ਵਿੱਚ ਡੋਂਗਮਾਰ ਸਿੱਕਮ ਦੇ ਵਿੱਚ ਮਟਨ ਕਸ਼ਮੀਰ ਦੇ ਵਿੱਚ ਮੰਗੂ ਮਾਠੜੀ ਸਾਦੇ ਵਿੱਚ ਉਦੀ ਗੱਲ ਕਰੋ ਦਸ਼ਕ ਬ੍ਰੇਕ ਮਾ ਤੁਹਾਡਾ ਸਭ ਦਾ ਪੂਰ ਸਵਾਗਤ ਹੈ ਸੋ ਵੀਅਰਸ ਗੱਲਬਾਤ ਕਰਨ ਜਾ ਰਹੀਆਂ ਨਰਿੰਦਰ ਮੋਦੀ ਦੇ ਹਵਾਲੇ ਨਾਲ ਕਿ ਝੂਠ ਦਾ ਦੇਵਤਾ ਨਰਿੰਦਰ ਮੋਦੀ ਚੋਣ ਪ੍ਰਚਾਰ ਦੇ ਸਿਲਸਿਲੇ ਵਿੱਚ ਪਟਿਆਲੇ ਦੀ ਇੱਕ ਰੈਲੀ ਨੂੰ ਸੰਬੋਧਨ ਕਰਨ ਆਇਆ ਇਸ ਬਹਿਰੂਪੀਏ ਨੇ ਦਸਤਾਰ ਸਜਾ ਕੇ ਸਿੱਖ ਦਾ ਰੂਪ ਧਾਰਨ ਕੀਤਾ ਹੋਇਆ ਸੀ ਔਰ ਇਸ ਨੇ ਪਟਿਆਲੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਅਤੇ ਕਾਲੀ ਮਾਤਾ ਦਾ ਸ਼ਹਿਰ ਦੱਸਦਿਆਂ ਰੱਜ ਕੇ ਜੜੇ ਨੇ ਉਗਪੋੜ ਮਾਰੇ ਨੇ ਔਰ ਹੁਣ ਵੇਖਣਾ ਇਹ ਹੈ ਕਿ ਪੰਜਾਬ ਵਾਸੀ ਬੀਜੇਪੀ ਦੀਆਂ ਚਾਲਾਂ ਵਿੱਚ ਫਸਣਗੇ ਜਾਂ ਮੁਕੰਮਲ ਤੌਰ ਤੇ ਪੰਜਾਬ ਚੋਂ ਇਸ ਦਾ ਸਫਾਇਆ ਕਰਨਗੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਿਸ਼ਚਿਤ ਤੌਰ ਤੇ ਬੜੇ ਰਹਿਣਾ ਲੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਾਬਦਾ ਬਹੁਤ ਧੰਨਵਾਦ ਜੀਰਾ ਸਾਹਿਬ ਕੀ ਵਿਚਾਰ ਹਨ ਤੁਸੀਂ ਗਪੌੜ ਸੰਖ ਮੋਦੀ ਦੀ ਗੱਲ ਕਰ ਰਹੇ ਹੋ ਗਪੌੜ ਐਸੇ ਛੱਡਦਾ ਹੋ ਕਿ ਵੀ ਆਲੇ ਦੁਆਲੇ ਵਾੜਿਆਂ ਨੂੰ ਵੀ ਲੱਗਦਾ ਹੈ ਕਿ ਵੀ ਵਾ 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 ਕੀ ਕਹਿਣੇ ਕੀ ਕਹਿਣੇ ਔਰ ਤੁਸੀਂ ਇਹ ਦੇਖੋਗੇ ਕਿ ਬਈ ਹੁਣ ਆਲਮੋਸਟ ਪੰਜ ਫੇजेस ਦੇ ਵਿੱਚ VOTING ਹੋ ਚੁੱਕੀ ਹੈ ਦੋ ਫੇਜ਼ ਰਹਿੰਦੇ ਨੇ ਔਰ ਸਤਵਾਂ ਫੇਜ਼ ਜ਼ਾਰ ਹੈ ਉਹਨਾਂ ਨੇ ਪੰਜਾਬ ਚ ਪਹਿਲੀ ਜੂਨ ਦਾ ਦਿਨ ਚੁਣਿਆ ਜਦੋਂ ਕਿ ਕੱਲੂਕਾਰੇ ਦੀ ਯਾਦ ਵੀ ਹੈ ਅੱਛਾ ਔਰ ਜਿਹੜਾ ਜ਼ਖਮਾਂ ਤੇ ਲੂਨ ਛਿੜਕਣਾ ਵੀ ਹੈ ਤੇ ਗਰਮੀ ਦੇ ਵਿੱਚ ਸਿੱਖਾਂ ਨੂੰ ਮਾਰਨਾ ਵੀ ਹੈ ਉਹਨਾਂ ਨੂੰ ਲੱਗਦਾ ਵੀ ਅਜੇ ਇਨਫ ਉਬੜੇ ਨਹੀਂ ਨੇ ਕਿ ਨੇ ਇੱਕ ਜੋ ਜ਼ੁਲਮ ਕੀਤੇ ਨੇ ਉਹਨਾਂ ਨੂੰ ਔਰ ਇਹਦੇ ਚ ਤਾਂ ਹੁਣ ਜਿਹੜੇ ਤਾਂ ਥੋੜੇ ਬਹੁਤ ਵੀ ਸਿਆਸਤ ਦਾ ਮਾਸ ਰੱਖਦੇ ਨੇ ਜਾਂ ਥੋੜਾ ਬਹੁਤ ਸੱਚ ਤੇ ਕੱਚ ਦੇ ਵਿੱਚ ਵਰਤਾਰਾ ਕਰ ਸਕਦੇ ਨੇ ਉਹਨਾਂ ਦੇ ਲਈ ਤਾਂ ਇਹ ਗੱਲਾਂ ਜੋ ਅਸੀਂ ਕਰਨੀਆਂ ਨੇ ਜਾਂ ਕਰਦੇ ਆ ਉਹਨਾਂ ਦਾ ਕੋਈ ਬਹੁਤਾ ਮਤਲਬ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਆਪ ਹੀ ਪਤਾ ਜਿਵੇਂ ਸਰ ਜੇਐਸ ਗਰੇਵਾਲ ਉਹਨਾਂ ਨੇ ਕਿਹਾ ਸੀ ਕਿ ਮਕਾਰ ਹਮਮ ਔਰ ਜਿਹੜਾ ਬੰਦਾ ਮਕਾਰ ਹੁੰਦਾ ਹੈ ਮਕਾਰੀ ਇਹੀ ਹੈ ਜ ਜਨੂੰ ਤੁਸੀਂ ਕਿਹਾ ਕਿ ਜੀ ਉਹ ਸਿੱਖ ਦਾ ਭੇਖ ਧਾਰ ਕੇ ਬਹੁ ਰੁਪਿਆ ਹਮ ਹੁਣ ਬਹੁ ਰੂਪੀਆਂ ਦਾ ਮਤਲਬ ਹੀ ਹੈ ਕਿ ਵੀ ਤੂੰ ਇੱਕੋ ਹੀ ਸ਼ਖਸ ਕਿਸੇ ਵੇੜੇ ਜਿਹੜਾ ਉਹ ਛਲੇਡੇ ਵਾਂਗ ਕਿੰਨੇ ਜਿਹੜਾ ਉਹ ਰੂਪ ਉਤਾਰਨ ਕਰਦਾ ਔਰ ਉਹ ਠੱਗਣਾ ਹੀ ਹੁੰਦਾ ਜਿਵੇਂ ਠੱਗ ਜਿਹੜਾ ਉਹ ਜਿਸ ਕਿਸਮ ਦਾ ਉਹ ਮਾਹੌਲ ਚ ਜਾ ਕੇ ਉਹਨੇ ਠੱਗੀ ਮਾਰਨੀ ਹੁੰਦੀ ਆ ਉਹ ਜੇ ਆਈ ਉਹ ਰੂਪ ਧਾਰਨ ਕਰਦਾ ਔਰ ਤੁਸੀਂ ਇਸ ਦਾ ਜੇ ਇਹਨਾਂ ਪੰਜ ਫੇਸੇਸ ਦੇ ਵਿੱਚ ਸਪੀਚਸ ਦਾ ਪੈਟਰਨ ਦੇਖੋ ਇਹੀ ਨਹੀਂ ਵੀ ਪਹਿਰਾਵੇ ਵਜੋਂ ਕਿਤੇ ਉਹ ਕੁਝ ਬਣਾਇਆ ਹੁੰਦਾ ਕਿਤੇ ਕੁਝ ਬਣਾਇਆ ਹੁੰਦਾ ਲੇਕਿਨ ਉਸੇ ਹੀ ਕਿਸਮ ਦੀਆਂ ਗੱਲਾਂ ਜਾ ਕੇ ਉੱਥੇ ਕਰਦਾ ਜਿਹੜਾ ਸਿਰੇ ਦਾ ਝੂਠ ਹੁੰਦਾ ਹੈ ਤਾਂ ਇੱਕ ਜੈਨੀਟਲ ਲਾਇਰ ਹੈ ਜਿਹਦੇ ਬੀਜ ਦੇ ਵਿੱਚ ਝੂਠ ਹੈ ਔਰ ਇਸ ਸਾਰੇ ਚੋਂ ਨਫ਼ਰਤ ਫੈਲਾਣਾ ਝੂਠ ਬੋਲਣਾ ਔਰ ਇਵਨ ਇਸ ਗੱਲ ਨੂੰ ਵੀ ਭੁੱਲ ਜਾਣਾ ਕਿ ਵੀ ਮੈਂ ਇੱਕ ਪ੍ਰਾਈਮ ਮਿਨਿਸਟਰ ਹੋਣ ਦੇ ਨਾਤੇ ਇੱਕ ਕਨਸਟੀਟਿਊਸ਼ਨਲ ਹੈੱਡ ਕਰਦਾ ਹੈ ਸਟੇਟ ਦੇ ਲੋਕਾਂ ਨੂੰ ਇੰਡੀਆ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਜੇ ਮੈਂ 20% ਜਿਹੜੇ 20 ਕਰੋੜ ਮੁਸਲਮਾਨ 16 17% ਉਹਨਾਂ ਪ੍ਰਤੀ ਨਫ਼ਰਤ ਦੀ ਬੋਲੀ ਬੋਲ ਰਿਹਾ ਹੈ ਇਸਾਈਆਂ ਪ੍ਰਤੀ ਕਰ ਰਿਹਾ ਹੈ ਜੇ ਜਗਨਨਾਥਪੁਰੀ ਗਿਆ ਤੇ ਤਮਲ ਨੂੰ ਜਿਹੜਾ ਉਹ ਚਾਬੀ ਚੋਰ ਕਹਿ ਰਿਹਾ ਕਿ ਜਗਨਨਾਥ ਦੇ ਅੰਦਰ ਦਰਬਾਰ ਦੀਆਂ ਚਾਬੀਆਂ ਤਮਲ ਲੈ ਗਏ ਉਸਟਾਲਨ ਨਾਲ ਦੀ ਨਾਲ ਉਦੇ ਖੰਬ ਠੱਪੀ ਔਰ ਇਹ ਤੁਸੀਂ ਦੇਖੋਗੇ ਕਿ ਉਹ ਵਰਤਾਰਾ ਉਹਨੇ ਹਰ ਥਾਂ ਉਸ ਕਿਸਮ ਦੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਜੇ ਉਹ ਕੇਰਲਾ ਚ ਗਿਆ ਤੇ ਉੱਥੇ ਜਾ ਕੇ ਜਿਹੜੀ ਜਾਲੀ ਫਿਲਮ ਕਸ਼ਮੀਰ ਫਾਈਲਜ਼ ਵਾਂਗ ਕੇਰਲਾ ਫਾਈਲਜ਼ ਬਣਾਈ ਹੋਈ ਹੈ ਉੱਥੇ ਉਸ ਕਿਸਮ ਦੀਆਂ ਗੱਲਾਂ ਤਾਂ ਕਿ ਮੁਸਲਮਾਨਾਂ ਔਰ ਇਸਾਈਆਂ ਦੇ ਵਿੱਚ ਔਰ ਮੁਸਲਮਾਨਾਂ ਔਰ ਹਿੰਦੂਆਂ ਦੇ ਵਿੱਚ ਟਕਰਾ ਹੋਏ ਹੂੰ ਉਹ ਤਾਂ ਪਾਰਟ ਹੈ ਪੰਜਾਬ ਬਾਰੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਜਿਵੇਂ ਰੀਜੀonal ਪਾਰਟੀਆਂ ਨੂੰ ਭਾਜਪੀ ਨੇ ਖਤਮ ਕੀਤਾ ਡੈਥ ਕਿਸ ਦੇ ਨਾਲ ਅਕਾਲੀ ਦਲ ਵੀ ਉਸ ਕੰਡੇ ਤੇ ਲੈ ਆ ਕੇ ਖੜਾ ਕਰ ਦਿੰਦਾ ਕਿੱਥੇ ਉਹ ਅਕਾਲੀ ਆਪਣੇ ਬਲ ਬੂਤੇ ਤੇ 1985 ਦੀਆਂ ਇਲੈਕਸ਼ਨਾਂ ਵੇਲੇ ਜਿਹੜਾ ਉਹ 117 ਚੋਂ 76 ਸੀਟਾਂ ਬਰਨਾੜੇ ਦੇ ਕੋਲ ਸੀ ਔਰ ਪੰਜਾਬ ਚ ਹਮੇਸ਼ਾ ਇਹਨਾਂ ਦੀਆਂ ਕਿਉਂਕਿ 117 ਸੀਟਾਂ ਚੋਂ 18 ਜਾਂ 19 ਹਿੰਦੂ ਮੈਜੋਰਟੀ ਸੀਟਾਂ ਨੇ ਇਸ ਲਈ ਜਦੋਂ ਵੀ ਬਾਦਲ ਦਲੀਆਂ ਦਾ ਇਹਨਾਂ ਨਾਲ ਸਮਝੌਤਾ ਵੀ ਹੁੰਦਾ ਸੀ ਉਹ ਇਹਨਾਂ ਦੇ ਲਈ ਉਹੀ 16-17 ਅਸ ਸੀਟਾਂ ਛੱਡਦੇ ਸੀ ਮੈਕਸਿਮਮ ਉਹਨਾਂ ਨੇ ਇੱਕ ਵਾਰੀ 13-14 ਜਿੱਤੀਆਂ ਹਈਆਂ ਪਰ ਅੱਜ ਤੁਸੀਂ ਦੇਖੋ ਕਿ ਕਿਵੇਂ ਵਿੱਚ ਵੜ ਕੇ ਉਹਨੇ ਭਾਜਪੀ ਨੇ ਬਿਲਕੁਲ ਸਿੱਧਾ ਕੈਰੇਕਟਰ ਜਿਹੜਾ ਉਹ ਬਹੁ ਰੂਪੀ ਹੈ ਸਾਰੇ ਖੜੇ ਕਰ ਦਿੱਤੇ ਨੇ ਔਰ ਉਸ ਸਟੇਜ ਦੇ ਉੱਤੇ ਪੰਜ ਹਲਕਿਆਂ ਦੇ ਪਟਿਆੜੇ ਇਹਦਾ ਪਹਿਲਾ ਐਡਰੈਸ ਸੀ ਔਰ ਬਿਸ਼ੱਕ ਕਿਸਾਨਾਂ ਨੇ ਥਾਉ ਥਾਈ ਸੜਕਾਂ ਰੁਕੀਆਂ ਪਰ ਉਹਨਾਂ ਨੇ ਪੁਲਿਸ ਨੇ ਸਖਤੀ ਨਾਲ ਕਿਸੇ ਨੂੰ ਨੇੜੇ ਨਹੀਂ ਜਾਣ ਦਿੰਦਾ ਜੀ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਵੀ ਅਸੀਂ ਸਵਾਲ ਪੁੱਛਣੇ ਨੇ ਕਿ ਵੀ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਔਰ ਬਿਲਕੁਲ ਹੱਕ ਬਨਾਜ਼ਬ ਹੈ ਵੀ ਔਰ ਉਹਨੇ ਆਪਣੇ ਐਡਰੈਸ ਦੇ ਵਿੱਚ ਇੱਕ ਵੀ ਜੁਮਲਾ ਕਿਸਾਨਾਂ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਨੇ ਉਹਨਾਂ ਬਾਰੇ ਨਹੀਂ ਆ ਉਹਨੇ ਕਿਹਾ ਜੀ ਅਸੀਂ ਬਹੁਤ ਕੀਤਾ ਸਾਡੀ ਸਰਕਾਰ ਨੇ ਦੇਖੋ ਅਸੀਂ ਇੰਨੀ ਕਣਕ ਪ੍ਰੋਕਿਊਰ ਕੀਤੀ ਹੋ ਠੀਕ ਆ ਜੀ ਪੱਤਰਕਾਰ ਕਹਿ ਰਿਹਾ ਸੀ ਕਿ ਤੁਹਾਡੀ ਫੂਡ ਸਕਿਉਰਟੀ ਪੰਜਾਬ ਹੈ ਉਹ ਤੁਸੀਂ ਆਸਾਨ ਕਰ ਰਹੇ ਹੋ ਜੋ ਪ੍ਰੋਕਿਊਰ ਕੀਤੀ ਪੰਜਾਬ ਤੁਸੀਂ ਆ ਮੁਫਤ ਅਨਾਜ ਯੋਜਨਾ ਦੇ ਨਾਂ ਥੱਲੇ ਜਿਹੜੀਆਂ ਵੋਟਾਂ ਵਟੋਰ ਰਹੇ ਹੋ ਕਿਹੜੀ ਸਟੇਟ ਹੈ ਜਿਹੜੀ ਤੁਹਾਡੇ ਅਨਾਜ ਭੰਡਾਰ ਚ ਅਨਾਜ ਦਿੰਦੀ ਹੈ ਫੂਡ ਸਿਕਿਉਰਟੀ ਤੁਹਾਡੀ ਪੰਜਾਬ ਹੈ ਕੋਈ ਆਸਾਨ ਤਾਂ ਨਹੀਂ ਕਰ ਰਹੇ ਲੇਕਿਨ ਕਿਸਾਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ ਇਸ ਲਈ ਆ ਵੀ ਐਮਐਸਪੀ ਜਿਹੜਾ ਇਹਨਾਂ ਨੇ ਮੰਨਿਆ ਸੀ ਕਿ ਕਮੇਟੀ ਬਣਾਈ ਫੁਲਾਣਾ ਕੋਈ ਕਾਨੂੰਨੀ ਗਰੰਟੀ ਨਹੀਂ ਦਿੱਤੀ ਲਖੀਮਪੁਰ ਖੀਰੀ ਜੇ ਉਹਦੇ ਚ ਉਹ ਇਕ ਨੂੰ ਪਿਓ ਨੂੰ ਟਿਕਟ ਨਹੀਂ ਜਿਹੜਾ ਹੈ ਉਹ ਟੈਣੀ ਨੇ ਤੇ ਉਹਨੂੰ ਦੂਜਿਆਂ ਨੂੰ ਖੜਾ ਕਰ ਦਿੱਤਾ ਲਿਆ ਕੇ ਫਿਰ ਸ਼ੁਭ ਕਰਨ ਦਾ ਕਤਲ ਜਿਹੜਾ ਹੁਣ ਸ਼ੰਭੂ ਬਾਰਡਰ ਦੇ ਉੱਤੇ ਹੁੰਦਾ ਔਰ ਈਵਨ ਦਿੱਲੀ ਬਾਰਡਰ ਫਿਰ ਬਲੌਕ ਕੀਤੇ ਗਏ ਹਰਿਆਣੇ ਚੋ ਕਰਾਸਿੰਗ ਕਰਨ ਦਿੱਤਾ ਗਿਆ ਔਰ ਜਿਹੜਾ ਮੁਆਵਜ਼ਾ ਦੇਣਾ ਸੀ ਉਹਦਾ ਕੀ ਬਣਿਆ ਸੋ ਕਿਸਾਨਾਂ ਨੇ ਬਿਲਕੁਲ ਠੀਕ ਜਿਹੜੀ ਉਹ ਲਾਈਨ ਲਈ ਔਰ ਇਹ ਵੀ ਚੰਗੀ ਗੱਲ ਹੈ ਕੋਈ ਵਾਇਲੈਂਸ ਨਹੀਂ ਹੋਈ ਲੇਕਿਨ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਉਹਨੇ ਉਹ ਭੀੜ ਤਾਂ ਇਕੱਠੀ ਕਰਨੀ ਸੀ ਆਪ ਤਾਂ ਉਹ ਕੈਪਟਨ ਅਮਰਿੰਦਰ ਬਾਦਖਲਾਕ ਬਦਕਲਾਮ ਬਦਸ਼ਕਲ ਉਹਦਾ ਦਿੱਲੀ ਦੇ ਕਿਸੇ ਹਸਪੀਟਲ ਤੇ ਲੰਮਾ ਪੈ ਗਿਆ ਕਿ ਜੀ ਮੈਂ ਮੈਨੂੰ ਉਹ ਡ੍ਰਿਪ ਲੱਗ ਗਈ ਹੈ ਤੇ ਮੈਂ ਪਤਾ ਨਹੀਂ ਕੀ ਡਾਇਰੀਆ ਹੋ ਗਿਆ ਤਾਂ ਤਾਂ ਜੋ ਮਰਜੀ ਹੋਏ ਤੂੰ ਤਾਂ ਉਹ ਡਿਜ਼ਰਵ ਵੀ ਕਰਦਾ ਹੈ ਪਰ ਇਹ ਡਰਾਮੇ ਨੇ ਉਹਦੀ ਘਰ ਵਾਲੀ ਮੂੰਹ ਖੋਲ ਕੇ ਉੱਥੇ ਜਿਹੜੀ ਆ ਉਹ ਸਵਾਗਤ ਕਰ ਰਹੀ ਸੀ ਔਰ ਇਸ ਕਿਸਮ ਦਾ ਉਹ ਇੱਕ ਫਰਾਡਿਆ ਜਿਹਾ ਫਰੀਦਕੋਟ ਤੋਂ ਖੜਾ ਹਸਰਾਜ ਹंस ਕਰਿਓ ਕਦਾਂ ਮੇਰੇ ਪਿੱਛੇ ਕਿਉਂ ਪੈ ਗਏ ਜਉ ਇਸ ਕਿਸਮ ਦੇ ਸਾਰੇ ਬਦਜ਼ਾਦਦੇ ਉਹ ਦੂਜਾ ਉਹ ਨਮੂਨਾ ਮਨਪ੍ਰੀਤ ਬਾਦਲ ਜਿਹੜਾ ਕਦੇ ਅਕਾਲੀ ਕਦੇ ਕਾਮਰੇਡ ਕਦੇ ਗਾਲਬ ਦਾ ਪੁੱਤਰ ਔਰ ਕਦੇ ਮੀਰ ਤੱਕੀ ਮੀਰ ਦਾ ਪੁੱਤਰ ਉਹ ਵੀ ਜਿਹੜਾ ਗੁਣਗਾਰਿਆ ਸੀ ਉੱਤੇ ਖੜਾ ਸੋ ਪੰਜ ਹਲਕਿਆਂ ਦੇ ਐਮਪੀ ਦੀਆਂ ਸੀਟਾਂ ਵਾਲੇ ਜਿਹੜੇ ਉਹ ਹੈ ਹੀ ਸਨ ਸੋ ਮੋਦੀ ਨੇ ਜਿਵੇਂ ਤੁਸੀਂ ਕਿਹਾ ਜੀ ਸ਼ੁਰੂਆਤ ਹੀ ਕਿ ਜੀ ਮੈਂ ਗੁਰੂ ਤੇਗ ਬਹਾਦਰ ਔਰ ਕਾਲੀ ਮਾਤਾ ਦੀ ਤਰਫ ਉਹ ਪਟਿਆਲਾ ਕਦੋਂ ਦਾ ਕਾਲੀ ਮਾਤਾ ਦਾ ਹੋ ਗਿਆ ਇਹ ਤੁਸੀਂ ਦੇਖੋਗੇ ਕਿ ਵੀ ਇਹਨਾਂ ਦੇ ਹਰ ਜ਼ਬਾਨ ਚੋਂ ਜੋ ਗੱਲ ਨਿਕਲਦੀ ਹੈ ਉਸ ਪਾਸੇ ਹੀ ਲੈ ਕੇ ਜਾਂਦੇ ਨੇ ਜਿਹੜਾ ਕਿ ਅਲਟੀਮੇਟਲੀ ਸਿੱਖਾਂ ਨੂੰ ਹਿੰਦੂ ਸਮੁੰਦਰ ਦੀ ਇੱਕ ਲਹਿਰ ਦੇ ਤੌਰ ਤੇ ਪ੍ਰੈਜੈਂਟ ਕਰਨਾ ਔਰ ਫਿਰ ਜਨੇ ਉਹਨੇ ਗਪੌੜ ਛੱਡੇ ਉਹਨੇ ਕਿਹਾ ਜੀ ਮੈਂ ਜੇ 1971 ਦੀ ਜੰਗ ਦੇ ਵਿੱਚ ਇਨੇ ਹਜ਼ਾਰ ਪਾਕਿਸਤਾਨੀ ਸੋਲਜਰ ਸੀ ਤੇ ਜੇ ਅਸੀਂ ਕਰਦੇ ਤੇ ਕਰਤਾਰਪੁਰ ਉਹਨਾਂ ਤੋਂ ਲੈ ਲੈਣਾ ਸੀ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਡੇ ਰਾਜ ਦੇ ਵੇੜੇ ਜਿਹੜੇ ਇਤਿਹਾਸ ਗੁਰਦੁਆਰੇ ਤੁਸੀਂ ਸਾਡੇ ਕਬਜ਼ੇ ਕਰ ਲੈਣੇ ਗਿਆਨ ਗੋਦੜੀ ਹਰਦਵਾਰ ਦੇ ਵਿੱਚ ਡੋਂਗਮਾਰ ਸਿੱਕਮ ਦੇ ਵਿੱਚ ਮਟਨ ਕਸ਼ਮੀਰ ਦੇ ਵਿੱਚ ਮੰਗੂ ਮਾ ਠੋੜੀਸਾ ਦੇ ਵਿੱਚ ਉਦੀ ਗੱਲ ਕਰੋ ਉਦੀ ਗੱਲ ਕਰੋ ਸੋ ਮਤਲਬ ਇਹ ਹੈ ਕਿ ਉਹਨਾਂ ਨੂੰ ਪਤਾ ਨਹੀਂ ਜਾਂਦਾ ਉਹ ਇਹ ਸਮਝਦੇ ਨੇ ਵਪਾਰ ਜਦੋਂ ਤੁਸੀਂ ਇਸ ਕਿਸਮ ਦੇ ਬਹੁ ਰੁਪਈਆਂ ਦੇ ਨਾਲ 6 6 ਫੁੱਟੇ ਪੱਗਾਂ ਬਨ ਕੇ ਜਿਹੜੇ ਡਰਨੇ ਖੜੇ ਦੇਖਦੇ ਹੋ ਹੈ ਤਾਂ ਡਰਨੇ ਹੀ ਨੇ ਜਿਵੇਂ ਉਹ ਖੇਤਾਂ ਦੇ ਵਿੱਚ ਖੜਾ ਕਰ ਦਿੰਦੇ ਸੀ ਕਿ ਕਾਂ ਪੋਤੇ ਡਰਦੇ ਰਹਿਣ ਨਾ ਕਰਨ ਜਿਨ੍ਹਾਂ ਦੇ ਅੰਦਰ ਜ਼ਮੀਰ ਹੀ ਨਹੀਂ ਹੈ ਉਹ ਡਰਨਾ ਹੀ ਨਹੀਂ ਉਹ ਸੋਟੀ ਦੇ ਉੱਤੇ ਟੰਗੀ ਪੱਗ ਹੀ ਹੈ ਇਸ ਤੋਂ ਬਿਯੋਂਡ ਇਹਨਾਂ ਦਾ ਕੋਈ ਹੋਂਦ ਨਹੀਂ ਹੈ ਪਰ ਹੁਣ ਦੇਖਣਾ ਇਹ ਹੈ ਕਿਉਂਕਿ ਇਸ ਵੇਲੇ ਉਹਨਾਂ ਨੇ ਜਿਵੇਂ ਭਾਜਪਾ ਨੂੰ ਫੁੱਲ ਫਲੇਜਡ ਪਾਰਟੀ ਬਣਾ ਕੇ ਪੰਜਾਬ ਦੇ ਵਿੱਚ ਥਰੋ ਕੀਤਾ ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਪਾਰਲੀਮੈਂਟ ਅੱਗੇ ਵੀ ਦੋ ਸੀਟਾਂ ਇਹਨਾਂ ਕੋਲ ਹੁੰਦੀਆਂ ਕੋਈ ਵੱਧ ਹੀ ਗੇਨ ਹੋਏਗੀ ਪਰ ਇਨਾਂ ਦੀ ਅੱਖ 3 ਸਾਲ ਬਾਅਦ ਪੰਜਾਬ اسمبلی ਚ ਆਣਾ ਤੇ ਉਹ ਪੰਜਾਬ ਨੂੰ ਇਹਦੇ ਚ ਹੁਣ ਇੱਕ ਗੱਲ ਚ ਕੋਈ ਜਿਹੜਾ ਉਹ ਸਵਾਲ ਨਹੀਂ ਚੁੱਕਿਆ ਜਾ ਸਕਦਾ ਕਿ ਹੁਣ ਕਿਸੇ ਜਿਹੜਾ ਵੀ ਆਪਣੇ ਆਪ ਨੂੰ ਸੋ ਕਾਲਡ ਸਿੱਖ ਹੈ ਉਹਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਕਿ ਉਹਨੇ ਕੇਜਰੀਵਾਲ ਦੀ ਟੋਪੀ ਪਾਣ ਲੱਗਿਆ ਵੀ ਉਹਨਾਂ ਨੂੰ ਸ਼ਰਮ ਨਹੀਂ ਸੀ ਬੀਜਪੀ ਦੇ ਖੇਮੇ ਜਾਣ ਲੱਗਿਆ ਵੀ ਕੋਈ ਸ਼ਰਮ ਨਹੀਂ ਹੈ ਕੱਲ ਨੂੰ ਕੋ ਹੋਰ ਆ ਜਾਏ ਉੱਥੇ ਵੀ ਕੋਈ ਸ਼ਰਮ ਨਹੀਂ ਹੈ ਸੋ ਇਹ ਇੱਕ ਅਫਸੋਸ ਦੀ ਗੱਲ ਹੈ ਪਰ ਅਸੀਂ ਤਾਂ ਇਹ ਆਸੀ ਕਰ ਸਕਦੇ ਕਿ ਭਾਈ ਇਸ ਜੇ ਪੀਰੀਅਡ ਦੇ ਵਿੱਚ ਸੱਚਮੁੱਚ ਸਿੱਖਾਂ ਦੀ ਗੈਰਤ ਅਣਖ ਔਰ ਘਟੋ ਘਟ ਕਿਸਾਨਾਂ ਨੇ ਇਸ ਲੈਵਲ ਦੇ ਉੱਤੇ ਅਣਖ ਔਰ ਗੈਰਤ ਜ਼ਿੰਦਾ ਰੱਖੀ ਹੋਈ ਹੈ ਇਹਨਾਂ ਨੂੰ ਪਰੰਦਾ ਦੇ ਵਿੱਚ ਬਹੁਤਾ ਵਰਡ ਨਹੀਂ ਦਿੱਤਾ ਜਾਂਦਾ ਪਰ ਇਹਦਾ ਐਂਡ ਕੀ ਗੋਲ ਖਲਾਂਗੇ ਕਿਸ ਪਾਸਿਓਂ ਵੋਟਾਂ ਖਿੱਚਣਗੇ ਕੀ ਕਰਨਗੇ ਇਹ ਚੰਗਾ ਹੋਏਗਾ ਕਿ ਭਾਈ ਇਹ ਬੇਸ਼ੱਕ ਦੂਜੇ ਜਿੰਨੇ ਮਰਜ਼ੀ ਉਹਨਾਂ ਦੀ ਗੱਲ ਵੀ ਅਸੀਂ ਕਰਾਂਗੇ ਕਿ ਕਿਵੇਂ ਉਹਨਾਂ ਨੇ ਬਿਟਰੇਇ ਕੀਤਾ ਪੰਜਾਬ ਦੀਆਂ ਧਰਾਂ ਨੇ ਲੇਕਿਨ ਇਹਨਾਂ ਦੀ ਫੱਟੀ ਜਿਹੜੀ ਹੈ ਉਹ ਪੰਜਾਬ ਚੋਂ ਮਿਸੀ ਜਾਣੀ ਚਾਹੀਦੀ ਹੈ ਤਾਂ ਕਿ ਔਰ ਇਸ ਕਿਸਮ ਦੇ ਜਿਹੜੇ ਡਰਨੇ ਲਿਆ ਕੇ ਬਿਚਵਾੜੇ ਹੋਏ ਨੇ ਇਹਨਾਂ ਦੇ ਵੀ 76 ਪ੍ਰੇਡ ਵੀ ਹੋਣੀ ਚਾਹੀਦੀ ਹੈ ਔਰ ਇਹਨਾਂ ਦੇ ਮੂੰਹ ਦੇ ਉੱਤੇ ਥੁੱਕਿਆ ਜਾਣਾ ਚਾਹੀਦਾ ਹੈ ਤਾਂ ਕਿ ਇਹ ਇਹਨਾਂ ਨੂੰ ਵੀ ਅਹਿਸਾਸ ਹੋਵੇ ਕਿ ਇਹ ਪੰਜਾਬ ਦੀ ਧਰਤੀ ਜਿਹਨੂੰ ਗੁਰੂਆਂ ਨੇ ਬਲਕਾਰ ਯੋਧਿਆਂ ਦੀ ਧਰਤੀ ਬਣਾਇਆ ਉਹ ਇਹਨੇ ਜਿਹੜੇ ਨੇ ਬੇਗੈਰਤ ਨਹੀਂ ਨੇ ਕਿ ਉਹ ਨਜ਼ਰ ਆ ਰਿਹਾ ਕਿ ਵੀ ਤੁਸੀਂ ਤੁਹਾਡੇ ਬੱਚਿਆਂ ਨੂੰ ਬਾਹਰ ਜਾ ਕੇ ਕਿਲ ਕਰ ਰਹੇ ਨੇ ਕਿਲਿੰਗ ਸਪਰੀ ਹੈ ਪੰਜਾਬ ਚ ਤੁਹਾਡਾ ਕੀ ਹਾਲ ਕੀਤਾ 800 ਬੰਦਾ ਬਾਰਡਰ ਤੇ ਮਰ ਗਿਆ ਔਰ ਉਸ ਸਾਰੇ ਦੇ باوجود ਉਹ ਗੱਲਾਂ ਉੱਥੇ ਦੀਆਂ ਉੱਥੇ ਹੀ ਖੜੀਆਂ ਨੇ ਤੇ ਇਹ ਆ ਕੇ ਝੂਠ ਬੋਲ ਕੇ ਜੀ ਮੇਰਾ ਤਾਂ ਖੂਨ ਦਾ ਰਿਸ਼ਤਾ ਹੈ ਮੈਂ ਤਾਂ ਉਥੋਂ ਗੁਜਰਾਤ ਚੋਂ ਆਇਆ ਪੰਜ ਪਿਆਰੇ ਆ ਜੋ ਇੱਕ ਦਵਾਰਕਾ ਤੋਂ ਪਿਆਰੇ ਆਏ ਸੀ ਔਰ ਮੇਰਾ ਤਾਂ ਖੂਨ ਦਾ ਰਿਸ਼ਤਾ ਹੈ ਮੈਂ ਤਾਂ ਪੰਜਾਬ ਨੂੰ ਭੁੱਲ ਨਹੀਂ ਸਕਦਾ ਇੱਥੇ ਤਾਂ ਮੈਂ ਮੁਖਤ ਸਖਾਂ ਦੇ ਘਰਾਂ ਚ ਜਿਹੜਾ ਰੋਟੀਆਂ ਖਾਂਦਾ ਰਿਹਾ ਉਹ ਆਪਣਾ ਆਰਐਸਐਸ ਦਾ ਪ੍ਰਚਾਰਕ ਹੋਣ ਦੇ ਨਾਤੇ ਸੋ ਲੈਟ ਵੀ ਸੀ ਕਿ ਅਬ ਇਹਨਾਂ ਨੂੰ ਕੋਈ ਪੰਜਾਬ ਦੇ ਵਿੱਚ ਇਹਨਾਂ ਨੂੰ ਮੂੰਹ ਨਾ ਲਾਏ ਔਰ ਇਹਨਾਂ ਦੀ ਜਿਹੜੀ ਹੈ ਇੱਕ ਵਾਰੀ ਜੇ ਫੱਟੀ ਮੈਸੀ ਗਈ ਤੇ ਫੇਰ ਜਿਹੜਾ ਇਹ ਆਪਣੇ ਆਪ ਦੇ ਵਿੱਚ ਇੱਕ ਸਬਕ ਹੋਏਗਾ ਇਹਨਾਂ ਦੇ ਲਈ ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਥ ਲੈਣਾ ਬ੍ਰੇਕ ਫੀਅਰਸ ਤੋਸਨ ਇਸ ਤਰ੍ਹਾਂ ਹੀ ਬੜੇ ਰਹਿਣਾ ਮਿਲਦੇ ਆ ਛੋਟੇ ਜਿਹਾ ਬ੍ਰੇਕ ਤੋਂ ਬਾਅਦ